ਮੇਰਾ ਨਾਮ ਜਗਮਨ ਗੁਨੋਜਾ ਜੀ ਜਗਮਨ ਜੀ ਇਸ ਵਾਰ ਨਵਾਂ ਟ੍ਰੈਂਡ ਜਿਹੜਾ ਕਾਈਟ ਦੇ ਵਿੱਚ ਪਤੰਗਾਂ ਦੇ ਵਿੱਚ ਜਿਆਦਾ ਕਿਹੜਾ ਦੇਖਣ ਨੂੰ ਤੁਹਾਨੂੰ ਵਿਖੇ ਮਿਲ ਰਿਹਾ ਹੈ। ਕਿ ਪਤੰਗਾਂ ਦਾ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਦਵਾਲੀ ਤੋਂ ਬਾਅਦ ਪਤੰਗਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਟਾਈਮ ਜਿਹੜੀਆਂ ਪਤੰਗਾਂ ਦੀ ਜਿਆਦਾ ਡਿਮਾਂਡ ਹੈ ਸਿੱਧੂ ਮੂਸੇਵਾਲ ਦੀ ਪਤੰਗ ਦੀ ਬੜੀ ਡਿਮਾਂਡ ਕੀਤੀ ਜਾ ਰਹੀ ਹੈ। ਉਸ ਤੋਂ ਇਲਾਵਾ ਜਿਹੜੀਆਂ ਪਤੰਗਾਂ ਆ ਗਈਆਂ ਮਛਲੀ ਨੂਮਾ ਪਤੰਗਾਂ ਹੋ ਗਈਆਂ, ਜਾਜ ਨੂਮਾ ਪਤੰਗਾਂ ਹੋ ਗਈਆਂ, ਆਦਮੀ ਟਾਈਪ ਦੀਆਂ ਪਤੰਗਾਂ ਜਿਹੜੀ ਸਿੱਧੂ ਮੂਸੇਵਾਲ ਦਾ ਜਿਹੜਾ ਟ੍ਰੈਂਡ ਇਸ ਵ ਨਹੀਂ ਪਿਛਲੀ ਵਾਰੀ ਘਟਦੀ ਪਿਛਲੇ ਸਾਲ ਹੀ ਲੋਕ 3-4 ਸਾਲ ਤੋਂ ਉਹਨਾਂ ਦੀ ਪਤੰਗਾਂ ਦੀ ਡਿਮਾਂਡ ਕਰ ਰਹੇ ਆ ਪਿਛਲੇ ਸਾਲ ਕੀ ਕੋਈ ਜਿਹੜਾ ਪਤੰਗਾ ਜਿਹੜੀਆਂ ਜ਼ਿਆਦਾ ਡਿਮਾਂਡ ਮੈਂ ਦੀ ਕੀਤੀ ਇਸ ਵਾਰ ਜਿਹੜੀਆਂ ਜ਼ਿਆਦੀਆਂ ਤਸਵੀਰਾਂ ਨੇ ਆ ਪਤੰਗਾਂ ਜਿਹੜੀਆਂ ਨੇ ਚਲੋ ਸਿੱਧੂ ਮੂਸੇਵਾਲਾ ਮਰਹੂਮ ਨੇ ਹਣਾ ਬੜਾ ਨਾਲ ਕੁਝ ਪਤੰਗਾਂ ਆਈ ਸੀ ਨੇ ਜਿਹੜੇ ਗਨ ਕਲਚਰ ਪਰ ਗੰਨਾ ਗੰਸ ਦੇ ਨਾਲ ਹੈ ਕਿਉਂਕਿ ਦੂਜੇ ਪਾਸੇ ਇੱਕ ਪਾਸੇ ਸਰਕਾਰ ਗੰਨਾ ਪ੍ਰਤੀ ਸਖਤੀ ਦੀ ਗੱਲ ਕਰਦੀ ਆ ਤਾਂ ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਇਹ ਤਾਂ ਜਿਹੜੀਆਂ ਪਤੰਗਾਂ ਹਨ ਬਣ ਬਰੇਲੀ ਤੋਂ ਬਣ ਕੇ ਆਉਂਦੀਆਂ ਜਾਂ ਜੇਪੁਰ ਤੋਂ ਬਣ ਕੇ ਆਉਂਦੀਆਂ ਉਥੋਂ ਜਿਸ ਤਰ੍ਹਾਂ ਦੀਆਂ ਪਤੰਗਾਂ ਛਪਦੀਆਂ ਸਾਡੇ ਮਾਰਕੀਟ ਚ ਆ ਜਾਂਦੀਆਂ ਉਹੀਓ ਪਤੰਗਾਂ ਇਸ ਤਰ੍ਹਾਂ ਦੁਕਾਨਦਾਰ ਸੇਲ ਕਰਦਾ ਤੇ ਉਸ ਤਰ੍ਹਾਂ ਹੀ ਵੇਚੀ ਜਾਂਦਾ ਮਤਲਬ ਇਥੋਂ ਪੰਜਾਬ ਚੋਂ ਇਹ ਬਣਦੀ ਕੋਈ ਨਹੀਂ ਇਹ ਬਰੇਲੀ ਚੋਂ ਬਣ ਕੇ ਆ ਰਹੀ ਸਾਰੀ ਇਸ ਦੇ ਨਾਲ ਵੈਸੇ ਤੁਹਾਨੂੰ ਨਿੱਜੀ ਤੌਰ ਤੇ ਕੀ ਲੱਗਦਾ ਕਿ ਗਨ ਕਲਚਰ ਪ੍ਰਮੋਟ ਹੁੰਦਾ ਜਾਂ ਨਹੀਂ ਤੁਸੀਂ ਕੀ ਸਮਝਦੇ ਕਨਵਜਿਆ ਸਾਹਿਬ ਕਿਉਂਕਿ ਪੁਰਾਣੇ ਹੋ ਤੁਸੀਂ ਨਹੀਂ ਜੀ ਇਹ ਨਾਲ ਗਨ ਕਲਚਰ ਹੁੰਦਾ ਅਸੀਂ ਤੇ ਕਹਿੰਨੇ ਹੈ ਜੀ ਭਾਵੇਂ ਸਾਨੂੰ ਨਾਲ ਹੀ ਚੀਜ਼ਾਂ ਵਰਤੀਆਂ ਪਹਿਣ ਪਰ ਲੋਕਾਂ ਦੀ ਡਿਮਾਂਡ ਕਰਕੇ ਸਾਨੂੰ ਇਹ ਚੀਜ਼ਾਂ ਵੇਚਣੀਆਂ ਪੈਂਦੀਆਂ ਨਹੀਂ ਤੇ ਜਿਹੜਾ ਇਹ ਗਨ ਕਲਚਰ ਹੈਗਾ ਜਿਸ ਕਹਿੰਨੇ ਇਹ ਤੋਂ ਦੂਰੀ ਰੱਖਿਆ ਜਾਵੇ ਇਹਨੂੰ ਪਿਛਲੇ ਪੁਲਿਸ ਵੱਲੋਂ ਕੋਈ ਗਾਈਡਲਾਈਨ ਜਦੋਂ ਕਨਵਜਿਆ ਸਾਹਿਬ ਆਈ ਹੈ ਕੋਈ ਨਹੀਂ ਜੀ ਹਲੇ ਤੱਕ ਤੇ ਕੋਈ ਗਾਈਡਲਾਈਨ ਨਹੀਂ ਆਈ ਹੈ ਗਾਈਡਲਾਈਨ ਨਹੀਂ ਆਈ ਹੈ ਕਿਉਂਕਿ ਅਸੀਂ ਤੇ ਬਣਾ ਨਹੀਂ ਰਹੇ ਆ ਬਣ ਕੇ ਪਿੱਛੋਂ ਆ ਰਹੀਆਂ ਤੋਂ ਯੂਐਸ ਵੇਚ ਰਹੇ ਆ ਜਿਹੜੇ ਬੱਚੇ ਨੇ ਜ਼ਿਆਦਾਤਰ ਬੱਚੇ ਡਿਮਾਂਡ ਕਰਦੇ ਜਾਂ ਨੌਜਵਾਨ ਜਿਹੜੀ ਡਿਮਾਂਡ ਕਰਦੇ ਨੇ ਸਿੱਧੂ ਮੂਸੇਵਾਲੇ ਦੀ ਗੱਨ ਜਿਆਦਾ ਛੋਟੇ ਬੱਚੇ ਡਿਮਾਂਡ ਕਰਦੇ ਆ ਨੌਜਵਾਨ ਵੀ ਕਈ ਆ ਕੇ ਡਿਮਾਂਡ ਕਰਦੇ ਨੇ ਸਿੱਧੂ ਮੂਸੇਵਾਲੇ ਦੀ ਪਤੰਗ ਤੇ ਬੱਚਿਆਂ ਦੇ ਉੱਤੇ ਵੀ ਪ੍ਰਭਾਵ ਤੁਸੀਂ ਸਮਝਦੇ ਨਾ ਗਲਤ ਪੈ ਸਕਦਾ ਗੱਨ ਹਾਂਜੀ ਬਿਲਕੁਲ ਗਲਤ ਪੈ ਸਕਦਾ ਜੀ ਅਸੀਂ ਕਹਿੰਦੇ ਆ ਇਹ ਜੀਆਂ ਚੀਜ਼ਾਂ ਨਾ ਚੱਲਣ ਤੇ ਉਹ ਬਹੁਤ ਵਧੀਆ ਬੱਚਿਆਂ ਤੇ ਪ੍ਰਭਾਵ ਪੈਂਦਾ ਹੈ ਜੀਆਂ ਗੱਨ ਪ੍ਰਮੋਟ ਵਾਲੀ ਚੀਜ਼ ਤੇ ਬੱਚਿਆਂ ਤੇ ਪ੍ਰਭਾਵ ਪੈਂਦਾ ਹਾਂ ਜੀ ਪਿਛੋਂ ਬਣ ਕੇ ਆ ਰਹੀਆਂ ਅਮਰਸਰ ਨਹੀਂ ਬਣਦੀ ਨਹੀਂ ਜੀ ਅਮਰੀਸਰ ਨਹੀਂ ਜੀ ਇਹ ਰਾਜਪੁਰੇ ਬਰੇਲੀ ਦੀਆਂ ਸਾਰੀਆਂ ਪਤੰਗਾ ਬਣੀਆਂ ਇੱਥੇ ਕੋਈ ਨਹੀਂ ਬਣਾਉਂਦਾ ਜੀ ਇਹਨਾਂ ਸਿਪਾਈ ਸਿਪਾਈ ਨਹੀਂ ਹੋ ਜਾਂਦੀ ਨਹੀਂ ਜੀ ਇਹ ਛਾਪੀ ਵਾਲੀ ਗੁੱਡੀ ਹੈ ਛਾਪ ਕੇ ਆਂਦੀਆਂ ਪਿਛੋਂ ਪ੍ਰਿੰਟ ਜਿਹੜਾ ਪ੍ਰੈਸ ਤੋਂ ਪ੍ਰਿੰਟ ਹੋ ਕੇ ਉੱਥੋਂ ਛਾਪ ਕੇ ਆਂਦੀਆਂ ਕਦੋਂ ਦੇ ਆਰਡਰ ਜਿਹੜੇ ਨੇ ਦਿੱਤੇ ਹੁੰਦੇ ਨੇ ਤੁਸੀਂ ਇਹ ਤੇ ਜੀ ਜਦੋਂ ਜਿਸ ਤਰ੍ਹਾਂ ਕੋਈ ਇਤਿਆਰ ਆਂਦਾ ਤੇ ਜਿਹੜੀ ਗੁੱਡੀਆਂ ਬਣਣੀਆਂ ਸ਼ੁਰੂ ਹੋ ਜਾਂਦੀਆਂ ਉਹ ਜਿਹੜੇ ਇਤਿਆਰ ਦੇ ਮੁਤਾਬਕ ਗੁੱਡੀਆਂ ਬੰਦੀਆਂ ਜੀ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ